ਉਸ ਮਤ ਹੈ ਸਾਡੇ ਵਾਲੇ ਪਤਾ ਨਹੀਂ ਕਿਹੜਾ ਇਤਿਹਾਸ ਬਣਾਈ ਜਾਣਗੇ ਤਾੜੀ ਮਾਰੀ ਜੀ ਰਾਤ ਨੂੰ ਚਲੇ ਗਏ ਜੀ ਬਗਾਨੇ ਪੁੱਤ ਤਾੜੀ ਮਾਰ ਕੇ ਨਹੀਂ ਨਿਕਲ ਦਿੰਦੇ ਕਿਸੇ ਨੂੰ ਅਖੇਰੀ ਇਤਿਹਾਸ ਚ ਇਦਾਂ ਲਿਖਿਆ ਆਪਣਾ ਦਿਮਾਗ ਵੀ ਤੇ ਹੈ ਨਾ ਇਤਿਹਾਸ ਪੂਰਾ ਨਹੀਂ ਹੁੰਦਾ ਭਾਵੇਂ ਕੋਈ ਗਿਲਾ ਕਰੇ ਜਿਹੜੇ ਕਦੇ ਕਹਿੰਦੇ ਹੁੰਦੇ ਸੀ ਕਿ ਮਿਸ਼ਨਰੀ ਜਾਂ ਅਪਗ੍ਰੇਡ ਧਿਰ ਦੇ ਪ੍ਰਚਾਰਕ ਇਤਿਹਾਸ ਤੇ ਗੁਰਬਾਣੀ ਤੇ ਕਿੰਤੂ ਕਰਦੇ ਨੇ ਤਾਂ ਅੱਜ ਬਾਬਾ ਬੰਤਾ ਸਿੰਘ ਵੱਲੋਂ ਇਹ ਇਤਿਹਾਸ ਤੇ ਕਿੰਤੂ ਕੀਤਾ ਗਿਆ ਜੋ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਦੇ ਵਿੱਚ ਇਹਨਾਂ ਨੇ ਕਿਹਾ ਹਾਂ ਵੀ ਪੰਥ ਵਾਲਿਓ ਕਿੱਦਾਂ ਕਰਨਾ ਹੁਣ ਬਾਬਾ ਬੰਤਾ ਨੇ ਤਾਂ ਤਾੜੀ ਸਾਹਿਬ ਗੁਰਦੁਆਰਾ ਸਾਹਿਬ ਦੀ ਝੂਠਾ ਸਾਬਤ ਕਰ ਦਿੱਤਾ ਨਾਲੇ ਬੋਲਣ ਦਾ ਲਹਿਜਾ ਵੇਖ ਲਵੋ ਕਹਿੰਦਾ ਬਗਾਨੇ ਪੁੱਤ ਤਾੜੀ ਮਾਰ ਕੇ ਨਿਕਲਣ ਨਹੀਂ ਦਿੰਦੇ ਮਤਲਬ ਕਿ ਅਗਲੇ ਜਾਣ ਨਹੀਂ ਦਿੰਦੇ ਹੁਣ ਹੈ ਔਕਾਤ ਕਿਸੇ ਦੀ ਇਸ ਤੋਂ ਜਵਾਬ ਮੰਗਣ ਦੀ ਜਾਨੀ ਕਿ ਉਹੀ ਗੁੰਡਾਕਾਰ ਦੀ ਕਰਨ ਵਾਲੇ ਸਤਕਾਰ ਕਮੇਟੀਆਂ ਵਾਲੇ ਅਜਨਾਲਾ ਪਾਰਟੀ ਰਾਜਪੁਰਾ ਵਾਲਾ ਪਰਵਾਨਾ ਵਾਰਿਸ ਪੰਜਾਬ ਵਾਲੇ ਨਵਾਂ ਬਣਿਆ ਐਨ ਆਰ ਆਈ ਢਪਾਲੀ ਜਾਂ ਕੌਤੀ ਜਥੇਦਾਰ ਸੱਦਣਗੇ ਜਾਂ ਫਿਰ ਮੰਨਿਆ ਜਾਵੇਗਾ ਇਹ ਸਹੀ ਬੋਲਦਾ ਪਤਾ ਹੈ ਪਤਾ ਹੈ ਵੱਡੀ ਧਿਰ ਹੈ ਜੇ ਕਿਤੇ ਢੱਡਰੀਆਂ ਵਾਲੇ ਜਾਂ ਮਿਸ਼ਨਰੀ ਪ੍ਰਚਾਰਕ ਹੁੰਦੇ ਹੁਣ ਨੂੰ ਕਈਆਂ ਦੀਆਂ ਭਾਵਨਾਵਾਂ ਭੜਕ ਜਾਣੀਆਂ ਸੀ ਹੈ ਕਿ ਨਹੀਂ ਤਾਂ ਇਸ ਪੋਸਟ ਦੇ ਸਬੰਧ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ